ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਜਿਹੜਾ ਟਾਈਮ ਹੈਗਾ ਜੀ, 3 ਵੱਜ ਚੁੱਕੇ ਨੇ ਅਤੇ ਦਿਨ ਬਹੁਤ ਵੱਡੇ ਹੋ ਗਏ, 8 ਪਹਾੜੇ, ਹੈ ਨਾ, ਸਿਆਣਿਆਂ ਦੀ ਕਹਾਵਤ, 8 ਪਹਾੜੇ ਦਿਨ ਹੋ ਗਏ। ਅਤੇ ਤਰੀਕ ਹੈਗੀ ਹੈ ਜੀ ਅੱਜ 13 ਜੂਨ, ਅਤੇ ਬਸ ਬੱਚਿਆਂ ਦੀਆਂ ਛੁੱਟੀਆਂ ਵੀ ਅੱਧੀਆਂ ਲੰਘਣ ਵਾਲੀਆਂ ਹੋ ਗਈਆਂ ਅਤੇ ਐਗਤੀ ਵੱਧ ਹੋ ਗਈਆਂ ਸੀਗੀਆਂ। ਸ਼ਾਇਦ ਤਕਰੀਬਨ ਜੀਰੀ ਐਗਤੀ 16-17 ਜੂਨ ਨੂੰ ਲਾਵਾਂਗੇ ਆਪਾਂ, ਅਤੇ ਪੀਲੀ ਊਸਾ ਲਾਵਾਂਗੇ ਪਹਿਲਾਂ, ਅਤੇ ਫਿਰ ਆਪਾਂ ਸੱਬੀ ਲਾਵਾਂਗੇ, ਐਗਤੀ 2 ਵੀ ਲਾਵਾਂਗੇ ਆਪਾਂ। ਸੱਬੀ ਦੀ ਹਜੇ ਪਨੀਰੀ ਡੇਗਾਂਗੇ 1 ਹਾੜ ਨੂੰ। ਪੌਦਾ ਜਾਣੀ ਕਿ ਕੋਈ ਪੌਦ ਕਹਿ ਦਿੰਦਾ, ਕੋਈ ਪਨੀਰੀ ਕਹਿ ਦਿੰਦਾ, ਕੋਈ ਫੱਕ ਕਹਿ ਦਿੰਦਾ, ਹੈ ਨਾ, ਅੱਡੋ ਅੱਡ ਏਰੀ ਦੇ ਹਿਸਾਬ ਨਾਲ ਬੋਲੀ ਬੋਲੀ ਜਾਂਦੀ ਹੈਗੀ। ਸਾਡੇ ਪੌਦ ਵੀ ਕਹਿ ਦਿੰਦੇ ਨੇ, ਪਨੀਰੀ ਵੀ ਕਹਿ ਦਿੰਦੇ ਨੇ। ਅਤੇ ਹੁਣ ਆਪਾਂ ਬੋਲਦੇ ਹਾਂ ਜੀ ਭੈਣਾਂ ਦੇ ਨਾਮ। ਰਪਿੰਦਰ ਕੌਰ ਬਰਾੜ, ਹੈ ਨਾ, ਰਾਜਗੜ੍ਹ ਤੋਂ, ਰਪਿੰਦਰ ਕੌਰ ਰਾਜਗੜ੍ਹ ਤੋਂ, ਰਪਿੰਦਰ ਕੌਰ, ਗਗਨਦੀਪ ਕੌਰ ਲੌਂਗੋਵਾਲ ਤੋਂ। ਧੰਨਵਾਦ ਭੈਣ, ਸਾਡੇ ਸ਼ਹਿਰ 'ਚ ਅਸੀਂ ਵੀ ਲੌਂਗੋਵਾਲ ਜਾਂਦੇ ਹਾਂ ਸ਼ੋਪਿੰਗ ਕਰਨ, ਭਾਂਡਾ ਲੈਣਾ ਹੈ ਜਾਂ ਕੋਈ ਕੱਪੜਾ ਲੀੜਾ ਲੈਣਾ ਹੈ, ਜੋੜਾ ਜੁੱਤੀ ਲੈਣਾ ਹੈ ਨਾ, ਲੌਂਗੋਵਾਲ ਤੋਂ ਜਾਂ ਢੱਡਰੀਆਂ ਤੋਂ ਲੈਂਦੇ ਹਾਂ ਅਸੀਂ। ਧੰਨਵਾਦ ਭੈਣੇ। ਅਤੇ ਮਨਜੀਤ ਕੌਰ ਹੈਗੀ ਹੈ ਭੈਣ, ਇਹ ਹੈਗੀ ਹੈ ਜੀ ਅਮਰੀਕਾ ਤੋਂ। ਕਿਰਨਦੀਪ ਭੈਣ ਹੈਗੀ ਹੈ ਜੀ ਕਨੇਡਾ ਤੋਂ। ਅਤੇ ਬਹੁਤ ਸਾਰੀਆਂ ਭੈਣਾਂ ਨੇ ਹੋਰ ਵੀ ਨਾਂ ਦੱਸੇ ਸੀ, ਮੈਂ ਭੁੱਲ ਜਾਣੀ ਨਾਮ। ਅਤੇ ਮਨਜੀਤ ਕੌਰ, ਧੰਨਵਾਦ ਭੈਣ, ਤੁਸੀਂ ਸਾਡੇ ਹੈ ਨਾ ਇੰਨੇ ਬਿਜ਼ੀ ਕੰਮ ਆ, ਇੰਨੇ ਕੰਮ 'ਚ ਰਹਿਣੇ ਹੋ, ਸਾਡੀ ਵੀਡੀਓ ਦੇਖ ਲਓ, ਧੰਨਵਾਦ ਤੁਹਾਡਾ। ਬਾਕੀ ਨਾ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀ, ਸਪੈਸ਼ਲ ਫੋਨ ਕਰਕੇ ਕਿਹਾ ਸੀ, ਕਹਿੰਦੀ ਇਸ ਵਿਸ਼ੇ 'ਤੇ ਵੀਡੀਓ ਬਣਾਓ, ਤੁਸੀਂ ਅੱਡ ਹੋਏ ਹੋ ਤਾਂ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ, ਪਰੇਸ਼ਾਨੀ ਤਾਂ ਨਹੀਂ ਆਈ, ਅਤੇ ਅਸੀਂ ਅੱਡ ਹੋਣਾ ਗਾ ਭੈਣੇ। ਅਤੇ ਕਹਿੰਦੀ ਮੇਰੇ ਨਾਲ ਦਰਿਆਤਾਂ ਹੋ ਰਹੀਆਂ ਨੇ, ਮੈਂ ਅੱਡ ਹੋਣਾ। ਦੇਖੋ ਭੈਣੇ, ਹੈ ਨਾ, ਜਿਹਦੇ 2 ਭਾਂਡੇ ਹੁੰਦੇ ਨੇ ਖੜਕਦੇ ਹੁੰਦੇ ਨੇਗੇ, ਅਤੇ ਕੋਈ ਪਰੇਸ਼ਾਨੀ ਨਹੀਂ ਹੈਗੀ ਅੱਡ ਹੋ ਕੇ। ਜੇ ਮੈਂ ਤਾਂ ਕਹਿੰਦੀ ਤੁਸੀਂ ਜੇ ਨਾ ਰਹਿ ਸਕਦੇ ਹੋ ਤਾਂ ਰਹਿ ਸਕੋ। ਮੈਨੂੰ ਬਹੁਤ ਟਾਈਮ ਹੋ ਗਿਆ ਭੈਣ ਨੂੰ ਕਹਿੰਦੀ ਨੂੰ, ਅਤੇ ਮੈਂ ਇਸ ਗੱਲ ਵਿਸ਼ੇ 'ਤੇ ਨਾ ਵੀਡ ਬੋਲਣਾ ਨਹੀਂ ਚਾਹੁੰਦੀ ਸੀਗੀ। ਚਲੋ, ਹੈ ਨਾ, ਕੋਈ ਪਰਿਵਾਰ ਹੁੰਦੇ ਨੇ, ਦਰਿਆਤ ਵੀ ਮਾੜੀ ਹੈ ਜੀ, ਹੈ ਨਾ, ਅਤੇ 1 ਤੌੜੀ 2 ਢਿੱਡ ਕਰਨੇ ਵੀ ਬਹੁਤ ਮਾੜੀ ਗੱਲ ਹੈ। ਇਹ ਤਾਂ ਜੀ ਹਰ ਇੱਕ ਘਰ ਦੀ ਕਹਾਣੀ ਹੈਗੀ, ਦਰਿਆਤ ਪਤਾ ਨਹੀਂ ਹੈ ਕਿਉਂ ਕਰਦੇ ਨੇਗੇ। ਚਲੋ ਭੈਣੇ, ਜੇ ਤੁਸੀਂ ਹੈ ਨਾ ਅੱਡ ਹੋਣਾ ਚਾਹੁੰਦੇ, ਮੈਂ ਤਾਂ ਨਹੀਂ ਕਹਿੰਦੀ ਵੀ ਹੋਵੋ, ਹੈ ਨਾ, ਅਤੇ ਚਲੋ ਹੋ ਜਾਓ, ਸਾਨੂੰ ਕੋਈ ਦਿੱਕਤ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਆਈ ਹੈਗੀ, ਹੈ ਨਾ, ਅਤੇ ਕੋਈ ਪਰੇਸ਼ਾਨੀ ਨਹੀਂ ਹੈਗੀ ਅੱਡ ਹੋ ਕੇ। ਅਤੇ ਮਿਹਨਤ ਤਾਂ ਆਪਾਂ ਨੇ ਕਰਨੀ ਹੀ ਕਰਨੀ ਹੈ, ਜਿਹੜੀ ਤੁਹਾਨੂੰ ਪਤਾ ਹੀ ਹੈ ਕਿਸਾਨੀ ਦੀ ਮਿਹਨਤ ਹੈ, ਭੈਣਾਂ ਦੀ ਮਿਹਨਤ ਹੈ ਘਰ ਦੇ ਕੰਮਾਂ ਦੀ, ਹੈ ਨਾ, ਉਹ ਆਪਾਂ ਨੇ ਕਰਨੀ ਹੀ ਕਰਨੀ ਹੁੰਦੀ ਹੈਗੀ। ਬਾਕੀ ਸਿਰੇ ਤੁਸੀਂ ਭੈਣੇ ਸਿਲਾਈ ਜਾਣਦੇ ਹੋ, ਸਿਲਾਈ ਦਾ ਕੰਮ ਵੀ ਸ਼ੁਰੂ ਕਰ ਲਓ, ਅਤੇ ਤੁਸੀਂ ਬਹੁਤ ਸਾਰੀਆਂ ਮੇਰੇ ਨਾਲ ਗੱਲਾਂ ਕੀਤੀਆਂ। ਕੋਈ ਗੱਲ ਨਹੀਂ ਭੈਣੇ, ਚੱਲਦਾ ਹੀ ਰਹਿੰਦਾ ਪਰਿਵਾਰਾਂ 'ਚ ਇਸ ਤਰ੍ਹਾਂ। ਕਹਿੰਦੇ ਹੁੰਦੇ ਨੇ ਜਿਹਦੇ 2 ਭਾਂਡੇ ਹੁੰਦੇ ਨੇ ਖੜਕਦੀ ਨੇ, ਕਹਿੰਦੇ ਹੁੰਦੇ ਨੇ ਅੱਡ ਭੈਣੇ ਅੱਡ ਨਹੀਂ, ਸੁਖਾਲੇ ਰਹਿੰਦੇ ਅੱਡ ਨਹੀਂ। ਅਤੇ ਸਿਆਣਿਆਂ ਦੀ ਕਹਾਵਤ ਹੈ ਵੀ ਅੱਡ ਹੋ ਕੇ ਤਾਂ ਕੰਮ ਵੱਧਦਾ ਹੀ ਹੈ, ਹੈ ਨਾ। ਅਤੇ ਬਾਕੀ ਤੁਹਾਡੀ ਮਰਜ਼ੀ ਹੈ ਭੈਣੇ, ਮੈਂ ਤਾਂ ਇਸ ਗੱਲ 'ਚ ਹੈ ਨਾ ਕੁਛ ਨਹੀਂ ਬੋਲ ਸਕਦੀ, ਅਤੇ ਇਕੱਠ ਵਰਗੀ ਰੀਸ ਵੀ ਨਹੀਂ ਹੈਗੀ, ਅਤੇ ਅੱਗੇ ਤੁਹਾਡੀ ਮਰਜ਼ੀ ਹੈ, ਮੈਨੂੰ ਕੋਈ ਤਕਲੀਫ ਨਹੀਂ ਆਈ ਅੱਡ ਹੋ ਕੇ। ਅਤੇ ਬਾਕੀ ਗੱਲ ਹੈਗੀ ਜੀ, ਹੁਣ ਆਪਾਂ ਬਲੌਗ ਦੀ ਸਟਾਰਟਿੰਗ ਹੁਣੀ ਕੀਤੀ ਹੈ ਕਿ 3 ਵੱਜ ਗਏ, ਦੇਖੋ ਜੇ ਸਿਰੇ ਚੜੂਗਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ,
ਬੱਚੇ ਉੱਪਰ ਨੇਗੇ ਅਤੇ ਕੱਖ ਵੀ ਮੈਂ ਸਵੇਰੇ ਪਾ ਦਿੱਤੇ ਸੀ ਨਾ ਆਪਣਾ ਅਚਾਰ ਦੀ ਢਿੱਗ ਡਿੱਗ ਪਈ ਅਚਾਰ ਦੀ ਪਈ ਵਾਲੀ ਜੀ ਟਰਾਲੀ ਹਜੇ ਜੇ ਇਹੋ ਜਿਹੇ ਵੇਲੇ ਪਾਉਣੇ ਆ ਅਚਾਰ ਨੂੰ ਧੁੱਪ ਹੁੰਦੀ ਹੈਗੀ ਅਤੇ ਧੁੱਪ ਤੋਂ ਬਾਅਦ ਦੇ ਵਿੱਚ ਉਹ ਹੋ ਜਾਂਦਾ ਹੈਗਾ ਧੁੱਪ 'ਚ ਉਹ ਆਪਣਾ ਜਾਣੀ ਕਿ ਦੱਬਿਆ ਜਾ ਪਿਆ ਧੁੱਪ 'ਚ ਗਰਭ 'ਚ ਜਾਂਦਾ ਉਹ ਨਾ ਫਿਰ ਅਸੀਂ ਸਵੇਰੇ ਪਾ ਦੇਣੇ ਹੁੰਦੇ ਚਾਰ ਖੁਰਲੀਆਂ 'ਚ ਪਾ ਕੇ ਖੰਡਿਆ ਲੈਣੇ ਵਿੱਚ ਆਪਣੇ ਮੱਕੀ ਨੂੰ ਵਾਢਾ ਲਾ ਲਿਆ ਵਿੱਚ ਚਾਰ ਦੇ ਨਿਰੇ ਦੇ ਵੀ ਟੋਕਾ ਰਲਾ ਦੇਣੇ ਹੈਗੇ ਚਾਰ ਦੀ ਹਜੇ ਪਈਆ ਟਰਾਲੀ ਮੈਨੂੰ ਤਾਂ ਲੱਗਦਾ ਖਰਾਬ ਹੋਊਗਾ ਉਹ ਚਲ ਜਿੰਨੇ ਦਿਨ ਵਧੀਆ ਹੋਏਗਾ ਪਾ ਦਾਂਗੇ ਬਾਕੀ ਫਿਰ ਟੋਏ ਰੂੜੀ ਵਾਲੇ ਟੋਏ ਟੂਏ 'ਚ ਸੁੱਟ ਦਾਂਗੇ ਹੈ ਨਾ ਫਿਰ ਖਾਦ ਬਣ ਜੂਗੀ ਰੂੜੀ ਦਾ ਰੇਹ ਬਣ ਜੂਗਾ ਅਤੇ ਵਿਅਰਥ ਤਾਂ ਕੋਈ ਚੀਜ਼ ਨਹੀਂ ਜਾਂਦੀ ਹੈਗੀ ਅਤੇ ਇਸ ਤਰ੍ਹਾਂ ਭੈਣੇ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀਗੀਆਂ ਕਰ ਲਈਆਂ ਬਲੌਗ ਸਟਾਰਟ ਕਰ ਲਿਆ ਅਤੇ ਇੱਕ ਭੈਣ ਨੇ ਕਿਹਾ ਸੀਗਾ ਭੈਣੇ ਤੁਸੀਂ ਚੌਲੇ ਫਲੀਆਂ ਕਿਹਨੂੰ ਬੋਲ ਕਿਸ ਚੀਜ਼ ਨੂੰ ਕਹਿੰਦੇ ਹੋ ਚੌਲੇ ਫਲੀਆਂ ਭੈਣੇ ਲੋਬੀਆਂ ਨੂੰ ਕਹਿੰਦੇ ਆ ਤੁਸੀਂ ਲੋਬੀਆਂ ਕਹਿੰਦੇ ਹੋਵੋਗੇ ਏਰੀਏ 'ਚ ਸਾਡੇ ਚੌਲੇ ਫਲੀਆਂ ਲੰਮੀਆਂ ਲੰਮੀਆਂ ਹੁੰਦੀਆਂ ਨੇਗੀਆਂ ਅਤੇ ਆ ਹੁਣ ਅਸੀਂ ਕੱਟ ਕੇ ਵੀ ਹਟੇ ਅੱਜ ਮੈਂ ਚੌਲੇ ਫਲੀਆਂ ਦੀ ਸਬਜ਼ੀ ਬਣਾਊਂਗੀ ਅਤੇ ਲੰਮੀਆਂ ਹੁੰਦੀਆਂ ਨੇ ਗਿੱਠ ਗਿੱਠ ਦੀਆਂ ਹੁੰਦੀਆਂ ਨੇ ਫਲੀਆਂ ਉਹ ਇੱਕ ਗਿੱਠ ਦੀਆਂ ਫਲੀ ਹੁੰਦੀਆਂ ਪਤਲੀ ਪਤਲੀ ਲੰਮੀ ਲੰਮੀ ਮੇਰੇ ਖਿਆਲ ਨਹੀਂ ਆਇਆ ਸਿਲਕੇ ਪਏ ਨੇ ਜਿਹੜੀਆਂ ਪੱਕੀਆਂ ਫਲੀਆਂ ਸੀ ਨਾ ਤੁਹਾਨੂੰ ਦਿਖਾਉਣੀਆਂ ਮੈਂ ਅਤੇ ਇਸ ਤਰ੍ਹਾਂ ਸਿਲਕੇ ਪਏ ਨੇ ਉਹਨਾਂ ਦੇ ਅਰੇ ਇਸ ਤਰ੍ਹਾਂ ਇਹ ਹੈਗੀ ਹੈ ਜੀ ਚੌਲੇ ਫਲੀ ਅਤੇ ਵਿੱਚ ਸਾਡੇ ਥੋੜ੍ਹੇ ਜਿਹੇ ਗਮਾਰੇ ਜਿਹੇ ਬੂਟੇ ਨੇ ਆਹ ਹੈਗੇ ਜੀ ਗਵਾਰੇ ਫਲੀ ਇਹਨੂੰ ਗਵਾਰੇ ਫਲੀ ਕਹਿੰਦੇ ਨੇ ਅਤੇ ਇਹਨੂੰ ਲੰਮੀ ਨੂੰ ਚੌਲੀ ਫਲੀ ਕਹਿੰਦੇ ਨੇ ਬਾਕੀ ਇਹਨੂੰ ਬਹੁਤ ਸਾਰੇ ਏਰੀਆ 'ਚ ਬਹੁਤ ਸਾਰੇ ਅਲੱਗ ਅੱਡੋ ਅੱਡ ਏਰੀਏ ਦੇ ਹਿਸਾਬ ਨਾਲ ਲੋਬੀਆ ਵੀ ਕਿਹਾ ਜਾਂਦਾ ਇਹਨੂੰ ਅਤੇ ਪਰ ਅਸੀਂ ਚੌਲੇ ਫਲੀਆਂ ਕਹਿੰਦੇ ਹਾਂਗੇ ਅਤੇ ਤੁਹਾਨੂੰ ਮੈਂ ਬਹੁਤ ਵਾਰੀ ਦਿਖਾਈ ਆਪਣੀ ਬਾੜੀ ਦੇ ਵਿੱਚ ਲੱਗੀਆਂ ਹੋਈਆਂ ਅਤੇ ਆਪਣੇ ਘਰੋਂ ਹੀ ਤੋੜੀਆਂ ਨੇ ਹੁਣ ਕੱਟ ਕੇ ਹਟਿਆ ਦੁਪਹਿਰੇ ਦੁਪਹਿਰੇ ਫਲੀਆਂ ਸਰਦਾਰ ਜੀ ਗਏ ਹੋਏ ਨੇ ਖੇਤ ਤੁਹਾਨੂੰ ਪਤਾ ਹੀ ਹੈ ਬਸ 5 ਜੂਨ 15-16 16-17 ਜੂਨ ਨੂੰ ਜੀਰੀ ਲਾਉਣੀ ਹੈਗੀ 15-14 ਜੂਨ ਨੂੰ ਪਾਣੀ ਛੱਡਣ ਲਾਂਗਾ ਵੀ ਜਾਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਪਾਣੀ ਛੱਡ ਲੈਣਗੇ ਅਤੇ ਲਾਈਟ ਬਹੁਤ ਘੱਟ ਆਉਂਦੀ ਹੈ ਬਸ ਥੋੜ੍ਹੀ ਜੀਰੀ ਲਾਵਾਂਗੇ 8-10 ਕਿੱਲੀ ਫਿਰ ਆਪਣੀ ਮੱਕੀ ਬੀਜੀ ਹੋਈ ਆ ਫਿਰ ਸਬਜ਼ੀ ਲਾਵਾਂਗੇ ਦੂਜਾ ਵੀ ਭੈਣਾਂ ਭੁੱਖਦੀਆਂ ਸੀ ਤੁਸੀਂ ਜੀਰੀ ਕਦੋਂ ਲਾਉਣੀ ਹੈਗੀ ਅਤੇ ਹੁਣ ਤਾਂ ਭਲਾ ਜੀ ਲੱਗ ਵੀ ਜਾਂਦੀ ਜੀ ਸਰਕਾਰ ਆ ਕਦੇ ਕੋਈ ਤਰੀਕ ਕਹਿ ਦਿੰਦੀ ਹੈ ਕਦੇ ਕੋਈ ਕਹਿ ਦਿੰਦੀ ਹੈ ਹੈ ਨਾ ਇਸ ਤਰ੍ਹਾਂ ਚਲੋ ਜਿਵੇਂ ਵੀ ਸਰਕਾਰ ਦਾ ਹੁਕਮ ਆਪਾਂ ਨੂੰ ਸਿਰ ਮੱਥੇ ਮੰਨਣਾ ਪਊਗਾ ਹੈ ਨਾ ਅਤੇ ਆਪਣਾ ਕਿਸਾਨ ਆਪਣੇ ਹਿਸਾਬ ਨਾਲ ਖੇਤ ਦੇ ਵਿੱਚ ਕੰਮ ਨਹੀਂ ਕਰ ਸਕਦਾ ਸਰਕਾਰ ਦੇ ਹਿਸਾਬ ਨਾਲ ਕਰ ਸਕਦਾ ਖੁਦ ਆਪਦੀ ਕਮਾਈ ਕਰਕੇ ਆਪਦੇ ਹਿਸਾਬ ਨਾਲ ਉਹ ਰੇਟ ਨਹੀਂ ਲੈ ਸਕਦਾ ਜਿਹੜਾ ਸਰਕਾਰ ਦਿੰਦੀ ਆ ਉਹ ਲੈ ਸਕਦਾ ਠੀਕ ਆ ਜੀ ਚਲੋ ਜੀ ਆਪਾਂ ਬਾਅਦ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਆਪਾਂ ਮੱਝਾਂ ਮੁੱਝਾਂ ਬੰਨ ਦਈਏ ਅਤੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਮੱਝਾਂ ਬੰਨਿਆ ਇੱਕ ਅੱਖਾਂ 'ਤੇ ਅਤੇ ਆਪਾਂ ਇੱਕ ਬਣਾਉਣਾ ਛੋਟੀ ਜਿਹੀ ਰੈਸਪੀ ਦੇ ਕੀ ਸਮਾਨ ਹੈਗਾ ਅਤੇ ਕੁਛ ਲਿੱਤਾ ਆਪਾਂ ਨੇ ਗੁੜ ਥੋੜ੍ਹੀ ਜਿਹੀ ਲਿੱਤੀ ਹੈ ਖੰਡ ਅਤੇ ਕਾਲਾ ਲੂਣ ਕਾਲੀ ਮਿਰਚ ਚਿੱਟਾ ਲੂਣ ਪੁਦੀਨਾ ਬਰਫ ਠੰਡਾ ਕਰਨ ਲਈ ਅਤੇ ਆਪਾਂ ਇਹ ਸਾਰਾ ਸਮਾਨ ਪਾਵਾਂਗੇ ਜੀ ਬਰਫ 'ਚ ਲੂਣ ਪੈ ਗਿਆ ਜੀ ਪਾ ਲਾਂਗੇ ਅਤੇ ਪਾਣੀ 'ਚ ਹੀ ਪਾਉਣਾ ਆਪਾਂ ਨੇ ਅਤੇ ਪੁਦੀਨਾ ਪਾਵਾਂਗੇ ਅਤੇ ਗੁੜ ਪਾਵਾਂਗੇ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਜੂਸ ਬਣਦਾ ਆ ਰਸ ਗੰਨੇ ਦਾ ਅਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਾਣੀ ਬਰਫ ਵਾਲਾ ਠੰਡਾ ਅਤੇ ਇਹਦੇ ਵਿੱਚ ਆਪਾਂ ਨਿਚੋੜਾਂਗੇ ਜੀ 2 ਨਿੰਬੂ
ਤੇ ਆਪਾਂ ਵੈਸੇ ਇਹਨੂੰ ਗ੍ਰਾਇੰਡ ਕਰ ਲਾਂਗੇ, ਕਰ ਲੈ ਡੈਡੀ ਨੂੰ। ਲਓ ਜੀ ਆਪਾਂ ਇਹਦੇ ਵਿੱਚ ਦੋ ਨਿੰਬੂ ਨਿਚੋੜ ਲਏ, ਆਪਾਂ ਹੁਣ ਇਹਨੂੰ ਕਰਾਂਗੇ ਗ੍ਰਾਇੰਡ। ਹੁਣ ਵਿਚਾਰੇ ਨੂੰ ਸਾਰੇ ਨੂੰ ਹੀ ਆਉਂ ਕਰੀਆ, ਹੁਣ ਖੇਤੋਂ ਆ ਕੇ ਪ੍ਰੋਬਲਮ ਹੁੰਦਾ, ਜਾਣ ਨੂੰ ਜੀ ਨਹੀਂ ਕਰਦਾ। ਉਹਦੀ ਭੂਆ ਦੀ ਕੁੜੀ ਆ ਗਈ, ਮੈਂ ਕੋ ਲੈ ਜੀ ਜੀ ਲਿਆ ਕੇ ਦਿਓ, ਮੇਰੀ ਮਾਮੀ ਘਰੀ ਕਰਕੇ ਖਵਾ ਦੂੰਗੀ। ਗੰਨੇ ਦਾ ਰਸ ਪਾਣੀ ਨਾ ਪੀਓ, ਹੁਣ ਜੂਸ ਹੀ ਪੀ ਲਓ। ਪਹਿਲਾਂ ਆ ਪੀ ਲਿਓ ਸਮਾਨ, ਖੁਰ ਗਿਆ ਹੋਊ ਗੁੜਗੜ ਜਿਹਾ। ਵਿੱਚ ਪਾ ਲਾਂਗੇ ਬਰਫ਼ ਜੱਗ ਦੇ ਵਿੱਚ, ਛੋਟੇ ਛੋਟੇ ਟੁਕੜੇ, ਉਸ ਆਪਾਂ ਪਾਣੀ ਪਾ ਲਾਂਗੇ ਅਤੇ ਹੁਣ ਆਪਾਂ ਇਹਨੂੰ ਪੁਣ ਲਵਾਂਗੇ। ਹੁਣ ਇੰਜਣ ਦਾ ਖੜਕਾ ਹੋਊਗਾ, ਗੰਨੇ ਦਾ ਰਸ ਬਹੁਤ ਹੀ ਵਧੀਆ ਬਣਦਾ ਜੀ। ਲਓ ਜੀ ਬੱਚਿਆਂ ਨੂੰ ਬਣਾ ਕੇ ਜ਼ਰੂਰ ਖਵਾਇਓ, ਛੁੱਟੀਆਂ ਨੇ ਹੁਣ, ਖਵਾਇਓ ਖਵਾਇਓ ਅਤੇ ਪਿਆਓ। ਗਰਮੀ ਨਾਲ ਸੁਰਤ ਬੰਦ ਵਾਲੀ ਪਈ ਹੈ, ਇਹ 'ਚ ਚਮਚਾ ਕਰੀ ਆਪਾਂ ਹਲਿਆ ਲਈਏ, ਪੁਦੀਨੇ ਦੇ ਪੱਤੇ ਹੋ ਨਾ ਹੋ ਗਏ। ਸਰਦਾਰ ਜੀ ਹੋਰ ਵੀ ਆ ਗਏ, ਦੋ ਨਿੰਬੂ ਪਾ ਲਏ ਤੁਸੀਂ, ਨਿੰਬੂ ਜੇ ਵੱਧ ਪਾਉਣੇ ਨੇ ਵੱਧ ਪਾ ਸਕਦੇ ਹੋ, ਆਹ ਪੁਦੀਨਾ ਕਰਕੇ ਉਹ ਹੋ ਗਿਆ। ਜੱਗ ਚ ਨਾ ਥੋੜਾ ਛੋਟਾ ਰਹਿ ਗਿਆ, ਥੋੜਾ ਵੱਧ ਹੋ ਗਿਆ, ਫਿਰ ਮਿਕਸ ਕਰਿਆ, ਫਿਰ ਖੇਤੋਂ ਵੀ ਆ ਗਏ ਹਨਾ, ਜੱਗ ਜੀ ਪੈ ਗਈ, ਡੁੱਲ ਗਿਆ। ਪਤਾ ਕੀ ਹੈ ਬੀਬੀ, ਮੈਂ ਕੁਛ ਕਹਿਣਾ ਤੇ ਇਹਨੂੰ ਰਖਦਾਰ ਲਾ ਦੇ ਦੋ, ਇੱਕ ਫੇਰ ਟੀਕਾ ਲਵਾ ਕੇ ਲਿਆਉਣਾ ਮੈਂ। ਓਏ ਇਹਦੇ ਲਾਉਣਾ ਹੈ, ਲੈ ਵੀ ਚੱਕੋ ਕਰ, ਪ੍ਰੋਬਲਮ ਨਹੀਂ ਮੈਂ ਕੁਛ ਕਿਹਾ ਆ, ਇਹ ਲਾਉਣਾ ਬਈ ਟੀਕਾ ਤੇਰੇ, ਪੋਲੀਓ ਟੀਕਾ ਲਾ ਕੇ ਲੈਣਾ ਪੈ ਤੇਰੇ, ਪੋਲੀ ਲਾਉਣਗੇ ਇੱਥੇ, ਉਹ ਕਹੀ ਦੀ ਡਾਕਟਰ ਨਹੀਂ ਜਿਹੜੀ ਤੇ ਲਾਉਂਦੀ ਹੁੰਦੀ ਹੈ, ਕਹੀ ਡਾਕਟਰ ਨਹੀਂ, ਸੋਨੀ ਨੂੰ ਬੋਲ ਮਾਰ ਲਓ, ਸੋਨੀ ਤਾਂ ਪਿੰਡਾਂ ਨਹੀਂ, ਸੋਨੀ ਦੇ ਤੂੰ ਨਹੀਂ ਲੈ। ਹੁਣ ਦੱਸੋ ਟੇਸਟ ਕਿਵੇਂ ਭਾਈ, ਟੇਸਟ ਦੱਸੋ ਕਿਵੇਂ ਪੀ ਕੇ। ਡੈਡੀ ਦੋ ਚੱਕ ਲੈ, ਉਹ ਸੋਨੀ ਦਾ ਗਲਾਸ ਆਇਆ, ਕਿਉਂ ਵਧੀਆ ਰਾਸਾ, ਗੰਨੇ ਦਾ ਘਰੇ ਬਣਾਇਆ ਗੁੜ ਤੋਂ, ਪੁਦੀਨਾ ਪਾ ਵਧੀਆ ਬਣ ਗਿਆ ਵੀ, ਗੰਨੇ ਤਾਂ ਬਣਾਏ ਗੰਨੇ ਦਾ ਜੂਸ, ਗੰਨੇ
ਲੱਪਦੀ ਨਾ ਪਾਇਆ, ਨਿੰਬੂ ਪਾਇਆ, ਕਾਲਾ ਨੂਣ, ਕਾਲੀ ਮਿਰਚ ਮਰੀਆਂ ਗੱਲਾਂ ਮੈਂ ਸਬਜ਼ੀ ਬਣਾਉਣੀ, ਤੂੰ ਭਾਂਡੇ ਮਾਂਜਦੀ, ਲੈ ਗੁਰਮਣ ਆ ਤੂੰ ਪਾ ਲਈ ਚੇਨੀ। ਲਓ ਜੀ ਆਪਣੇ ਰੇਹ ਦੀ ਟਰਾਲੀ ਲਿਆਂਦੀ ਪਈ ਹੈ, ਹੁਣ ਰੇਹ ਲਾਉਂਦੇ ਹੋਣਗੇ ਉਹਨਾਂ ਦਾ। ਤਾਂ ਕਿੱਧਰ ਭੱਗ ਗਏ, ਰੇਹ ਦੀ ਟਰਾਲੀ ਲਾਉਂਦੇ ਨਹੀਂ ਤੀ, ਲਾਹਾਂਗੇ ਲੱਗ ਗਏ ਰੇਹ ਲਾਉਣ। ਐਂ ਕਮਲਾ ਜਾਂਦੀ ਇਹੋ ਜਿਹੇ ਵੇਲੇ ਸਬਜ਼ੀ। ਲਓ ਜੀ ਆਹ ਨੇ ਚੌਲੇ ਫਲੀਆਂ, ਭੈਣਾਂ ਕਹਿੰਦੀ ਮੈਨੂੰ ਚੌਲੇ ਫਲੀਆਂ, ਤਾਂ ਆਹ ਚੌਲੇ ਫਲੀਆਂ ਲੋਬੀਆ ਕਹਿੰਦੇ ਨੇ, ਜਿਹਨੂੰ ਸਬਜ਼ੀ ਅੱਜ ਕੱਟੀ ਆਪਾਂ। ਉੱਦਾਂ ਅੱਜ ਮੈਂ ਗੰਢੇ ਸਮਾਰੇ ਸੀਗੇ, ਅੱਧੇ ਕੱਲ੍ਹ ਸਮਾਰੇ, ਅੱਧੇ ਅੱਜ ਸਮਾਰੇ, ਅਤੇ ਕੂੜਾ ਹਜੇ ਚੱਕਣ ਵਾਲਾ ਪਿੱਤੋ ਦੁਪਹਿਰਾ ਆ ਗਿਆ ਸੀ। ਸਰਦਾਰ ਜੀ ਹੋਰੇ ਲਾਉਂਦੇ ਨੇ ਰੇ। ਹਾਂਜੀ ਆਪੀ ਬੋਰੀਆਂ ਚੱਕ ਚੱਕ ਲੈ ਜਾਂਦੇ ਨੇ, 40 ਰੁਪਈਏ ਕਹਿੰਦੇ ਨੇ ਹਨਾ ਗੰਢੇ ਹੋ ਗਏ। ਫਿਰ ਦੇਖੋ ਥੋੜ੍ਹੇ ਘਾਣੇ ਵੇਚ ਦਾਂਗੇ, ਹੋਰ ਹੋ ਜਾਣਦੇ ਮਹਿੰਗੇ ਜੀ ਹਜੇ, ਨਹੀਂ ਤਾਂ ਮੈਂ ਆਥਣੇ 'ਚ ਬਾੜੀ ਰਮਾਉਂਗੀ। ਨਹੀਂ ਹੁਣ ਆਪਾਂ ਸਬਜ਼ੀ ਸੁਬਜ਼ੀ ਬਣਾਉਣੇ ਆਂਗੇ, ਸਬਜ਼ੀ ਬਣਾਵਾਂਗੇ ਆਪਾਂ ਫਲੀਆਂ। ਅਤੇ ਨਾ ਸਾਡੇ ਸਰਕਾਰੀ ਟੀਕੇ ਲੱਗ ਗਏ ਜੀ, ਸਰਕਾਰੀ ਜਿਹੜੇ ਮੱਝਾਂ ਨੇ ਲਾਉਂਦੇ ਹੋਣ, ਦੁੱਧ ਵਾਲਾ ਘੱਟ ਗਏ ਉਹਦੇ ਨਾਲ। ਚਲੋ ਸਬਜ਼ੀ ਸੁਬਜ਼ੀ ਨੂੰ ਲਾਈਏ ਤੜਕਾ, ਹੁਣ ਤਾਂ ਪਾਣੀ ਵੀ ਬਣਾ ਕੇ ਪੀ ਲਿਆ ਰਸ ਗੰਨੇ ਦਾ। ਹੁਣ ਤਾਂ ਸੁੱਟੀ ਨਾ ਅੰਨ ਜਲ ਮੁੱਕ ਗਿਆ ਪ੍ਰਭਲੀਨ ਦਾ, ਹੈਂ ਜਾਏਗੀ ਪ੍ਰਭਲੀਨ? ਮੈਂ ਨਹੀਂ ਜਾਂਦਾ। ਹੈਂ ਪਤਾ ਨਹੀਂ ਜਾਏਗੀ, ਹੈਂ ਜੇ ਜਾਣ ਨੂੰ ਜੀ ਨਹੀਂ ਕਰਦਾ। ਤੇਰੀ ਮੰਮੀ ਨੂੰ ਮਖਾਣ ਜਿੱਦਣਾ ਜਿਵੇਂ ਆਈ ਹੋਵੇ ਲੈ ਕੇ ਜਾਈ ਤਾਂ ਕਰ ਕੇ ਜਾਣੀ। ਹਾਂ ਮੈਂ ਪ੍ਰਭਲੀਨ ਤੂੰ ਉਹਦਾ ਉਗਰਾਦਰ ਨਾਲ ਲੈ ਕੇ, ਤੇਰੀ ਮੰਮੀ ਤਾਂ ਕਹੀ ਸੁਖਮਨ ਛੱਡ ਜੂ ਸਕੂਟਰੀ ਤੇ, ਪਰਸੋਂ ਮੈਨੂੰ ਵੀ ਕਹੀ ਸੀ ਸੁਖਮਨ ਛੱਡ ਜੂਗੀ ਸਕੂਟਰੀ ਤੇ, ਕੱਲੀ ਕਿਵੇਂ ਆਉ ਫਿਰ ਮੁੜ ਕੇ? ਉਹ ਆਇਆ ਬੀਬੀ ਰੋੜ ਆ। ਲੋ ਜੀ ਜਿਹੜਾ ਟਾਈਮ ਆ ਹੁਣ 5 ਵੱਜ ਗਏ ਨੇ, ਤੇ ਠੀਕ ਜਾ ਆਪਾਂ ਕਰੀਏ ਆਪਣੇ ਕੰਮ ਧੰਦੇ, ਤੇ ਕੰਮ ਧੰਦੇ ਬਸ ਆਹੀ ਹੁਣ ਮੱਝਾਂ ਕੰਨੀ ਜਾਵਾਂਗੇ, ਪਾਣੀ ਪਿਆਵਾਂਗੇ, ਗੋਹਾ ਸੁੱਟਾਂਗੇ, ਧਾਰ ਕੱਢਾਂਗੇ, ਸਬਜ਼ੀ ਨੂੰ ਤੜਕਾ ਲਾਉਣੀ ਆ, ਇਹ ਕੰਮ ਕਰਦੇ ਕਰਦੇ ਸਬਜ਼ੀ ਰੁੱਝ ਜੂ, ਭਾਂਡੇ ਜਿਹੜੇ ਰਸ ਪੀ ਕੇ ਬਣਾ ਕੇ ਢੇਰ ਲਾਇਆ ਉਹ ਬੀਬੀ ਕਹਿੰਦੀ ਮੈਂ ਮਾਂ ਦੀ ਆ, ਤੂੰ ਆਪਦਾ ਹੋਰ ਕੰਮ ਕਰ ਲਿਆ, ਕਹਿੰਦੀ ਆਰਾਮ ਜਿਹਾ ਆ ਗਿਆ ਹੈ ਨਾ। ਅਤੇ ਠੰਡ ਗਰਮੀਆਂ 'ਚ ਠੰਡੀਆਂ ਚੀਜ਼ਾਂ ਖਾਣ ਨੂੰ ਮਨ ਕਰਦਾ, ਸਰਦੀਆਂ 'ਚ ਗਰਮ ਚੀਜ਼ਾਂ ਖਾਣ ਨੂੰ ਮਨ ਕਰਦਾ,
ਰੁੱਤ ਰੁੱਤ ਦੇ ਹਨਾ ਮੇਵੇ ਕਹਿੰਦੇ ਹੁੰਦੇ ਨੇਗੇ, ਰੁੱਤ ਰੁੱਤ ਦੇ ਫਲ। ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਰ ਦਿਓ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਹਾਡੀ ਰੈਸਪੀ ਵਧੀਆ ਲੱਗੀ ਤਾਂ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਅਤੇ ਬਣਾ ਕੇ ਵੀ ਜ਼ਰੂਰ ਪੀਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।